ਬੀਜੇਪੀ ਆਪਣੇ ਕਾਡਰ ਸੰਗਠਨ ਦੇ ਸਿਰ 'ਤੇ ਚੁਣਾਵ ਜਿੱਤਦੀ ਹੈ, ਬਾਕੀ ਜਿੰਨੇ ਵਿਪਕਸ਼ੀ ਦਲ ਨੇ ਉਹ ਭ੍ਰਿਸ਼ਟਾਚਾਰ, ਵੋਟ ਖਰੀਦਣ ਦੇ ਧਨ ਔਰ ਬਾਹੂਬਲ ਦੇ ਦੁਰਉਪਯੋਗ ਕਰਕੇ ਚੁਣਾਵ ਜਿੱਤਦੇ ਨੇ। ਅੱਜ ਨਸ਼ਾ ਮਾਫੀਆ ਸਰਕਾਰ 'ਤੇ ਹਾਵੀ ਹੈ, ਅੱਜ ਰੇਤ ਮਾਫੀਆ ਸਰਕਾਰ 'ਤੇ ਹਾਵੀ ਹੈ, ਅੱਜ ਭੂਮੀ ਮਾਫੀਆ ਸਰਕਾਰ 'ਤੇ ਹਾਵੀ ਹੈ, ਅੱਜ ਅਪਰਾਧੀ ਸਰਕਾਰ 'ਤੇ ਹਾਵੀ ਨੇ, ਅੱਜ ਆਤੰਕਵਾਦ ਸਿਰ ਚੁੱਕ ਰਿਹਾ ਪੰਜਾਬ ਦੇ ਵਿੱਚ, ਫਿਰੌਤੀਆਂ ਮੰਗੀਆਂ ਜਾ ਰਹੀਆਂ, ਲੋਕਾਂ ਦੇ ਘਰ ਚੋਰੀਆਂ ਦੇ ਡਾਕੇ ਵੱਜ ਰਹੇ ਨੇ ਕਿ ਪਾਕਿਸਤਾਨ ਭਿਖਾਰੀ ਦੀ ਤਰ੍ਹਾਂ ਇਕੱਲਾ ਰਹਿ ਗਿਆ। ਸੋ ਅੱਜ ਮੋਦੀ ਜੀ ਨੇ ਕਥਨੀ ਤਾਂ ਕਰਨੀ ਇੱਕ ਹੈ, ਤੁਸੀਂ ਦੇਖੋ ਰਾਮ ਮੰਦਰ ਬਣਿਆ, 370 ਹਟੀ ਹੈ, ਟ੍ਰਿਪਲ ਤਲਾਕ ਖਤਮ ਹੋਇਆ, CAA ਜਿਹਦੇ ਨਾਲ ਅਲਪਸੰਖਿਅਕ ਜਿਹੜੇ ਮੁਸਲਿਮ ਰਾਸ਼ਟਰ ਪਾਕਿਸਤਾਨ, ਅਫਗਾਨਿਸਤਾਨ ਔਰ ਜਿਹੜਾ ਬੰਗਲਾਦੇਸ਼ ਹੈ ਉਹਦੇ ਵਿੱਚ ਅਸੁਰੱਖਿਅਤ ਸੀਗੇ, ਉਹਨਾਂ ਨੂੰ ਸੁਰੱਖਿਆ ਮਿਲੀ ਹੈ। ਅੱਜ ਇਹਨਾਂ ਦੀ ਭ੍ਰਿਸ਼ਟਾਚਾਰ ਦੀ ਰੋਟੀਆਂ ਨਹੀਂ ਸਿੱਕ ਰਹੀਆਂ, ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਜਾ ਕੇ ਹਿਸਾਬ ਦੇਣਾ ਪੈ ਰਿਹਾ, ਬੁਖਲਾਏ ਹੋਏ। ਅੱਜ ਇਹਨਾਂ ਨੇ ਇੰਡੀ ਗਠਬੰਧਨ ਬਣਾਇਆ, ਇਹ ਸਭ ਡੁੱਬਣ ਵਾਲੇ ਲੋਕ ਨੇ, ਵੱਡੇ ਉਹਨਾਂ ਦੇ ਸਮਰਥਕ ਆ ਗਏ ਭਗਵੰਤ ਮਾਨ ਜੀ, ਜਿਹੜੇ ਕਿ ਜਾ ਕੇ ਉੱਥੋਂ ਆਕਲਨ ਕਰਕੇ ਆ ਗਏ ਨੇ ਕਿ ਉਹਨਾਂ ਨਾਲ ਅੱਤਵਾਦੀਆਂ ਵਾਲਾ ਹੋ ਰਿਹਾ। ਕੇਵਲ ਕੀ ਹੈ ਪੰਜਾਬ 'ਚ ਔਰ ਦਿੱਲੀ 'ਚ ਇਹ ਹੈਗੇ ਨੇ, ਉੱਥੇ ਚੁਣਾਵ ਹਾਰ ਰਹੇ ਨੇ, ਤਾਂ ਬਖਲਾਟ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰ। ਅੰਮ੍ਰਿਤਸਰ ਦੇ ਵਿੱਚ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਸਾਰੀ ਪਾਰਟੀਆਂ ਦਾ ਜ਼ੋਰ ਲੱਗਿਆ ਕਿ ਉਹ ਜਿੱਤ ਹਾਸਲ ਕਰਨ। ਬੀਜੇਪੀ ਦੇ ਹੈਵੀਵੇਟ ਕੈਂਡੀਡੇਟ ਨੇ ਤਰਨਜੀਤ ਸਿੰਘ ਸੰਧੂ, ਉਹ ਵੀ ਚੁਣਾਵੀ ਮੈਦਾਨ ਦੇ ਵਿੱਚ ਨੇ। ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ। ਆਖਿਰਕਾਰ ਬੀਜੇਪੀ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੀ ਹੈ, ਕਿਉਂਕਿ ਥਾਂ ਥਾਂ 'ਤੇ ਕਈ ਥਾਂ 'ਤੇ ਬੀਜੇਪੀ ਨੂੰ ਵਿਰੋਧ ਦਾ ਸਾਹਮਣਾ ਵੀ ਕਈ ਥਾਂ 'ਤੇ ਪਿੰਡਾਂ 'ਚ ਕਰਨਾ ਪੈ ਰਿਹਾ। ਸਾਡੇ ਨਾਲ ਨੇ ਬੀਜੇਪੀ ਦੇ ਸਾਬਕਾ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਅਤੇ ਇਹ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਨੇ। ਮਲਿਕ ਸਾਹਿਬ, ਕਿਹੜੀ ਚੀਜ਼ ਨੂੰ ਲੈ ਕੇ ਦੇਖੋ ਬੀਜੇਪੀ ਇਸ ਵਾਰੀ ਪਹਿਲੀ ਵਾਰਾਂ ਤੇਰ੍ਹਾਂ ਸੀਟਾਂ 'ਤੇ ਪੰਜਾਬ 'ਚ ਇਲੈਕਸ਼ਨ ਲੜ ਰਹੀ ਹੈ? ਸਾਡਾ ਮੂਲ ਮੰਤਰ ਚੁਣਾਵ ਜਿੱਤਣ ਦਾ ਸਾਰੇ ਦੇਸ਼ ਵਿੱਚ ਸੰਗਠਨ ਰਿਹਾ, ਬੀਜੇਪੀ ਆਪਣੇ ਕਾਡਰ ਸੰਗਠਨ ਦੇ ਸਿਰ 'ਤੇ ਚੁਣਾਵ ਜਿੱਤਦੀ ਹੈ, ਬਾਕੀ ਜਿੰਨੇ ਵਿਪਕਸ਼ੀ ਦਲ ਨੇ ਉਹ ਭ੍ਰਿਸ਼ਟਾਚਾਰ, ਵੋਟ ਖਰੀਦਣ ਦੇ ਧਨ ਔਰ ਬਾਹੂਬਲ ਦੇ ਦੁਰਉਪਯੋਗ ਕਰਕੇ ਚੁਣਾਵ ਜਿੱਤਦੇ ਨੇ। ਬੀਜੇਪੀ ਦਾ ਕਾਡਰ ਕਰਕੇ ਹੀ ਅੱਜ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਸਾਡੀਆਂ ਸਰਕਾਰਾਂ ਨੇ ਔਰ ਪੰਜਾਬ ਵਿੱਚ ਵੀ ਸਾਡਾ ਸੰਗਠਨ ਬੜਾ ਮਜ਼ਬੂਤ ਹੋ ਗਿਆ। ਔਰ ਮੈਂ ਪੂਰੀ ਤਰ੍ਹਾਂ ਨਾਲ ਆਸ ਕਰਨਾ ਕਿ ਇੰਡੀਪੈਂਡੈਂਟਲੀ ਬੀਜੇਪੀ 13 ਦੀ 13 ਲੋਕ ਸਭਾ ਸੀਟਾਂ ਜਿੱਤ ਕੇ ਮੋਦੀ ਜੀ ਦੀ ਝੋਲੀ 'ਚ ਪਾਏਗੀ। ਅੱਛਾ ਮਲਿਕ ਸਾਹਿਬ, ਹੁਣ ਮੋਦੀ ਸਾਹਿਬ ਵੀ ਗਰੰਟੀ ਦੇ ਰਹੇ ਨੇ ਅਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੀ ਕੇਜਰੀਵਾਲ ਦੀ ਗਰੰਟੀ ਨੀਤੀ ਤੋਂ ਪ੍ਰਭਾਵਿਤ ਹੋ ਕੇ ਗਰੰਟੀ ਇਹਨਾਂ ਨੇ ਸ਼ਬਦ ਜਿਹੜਾ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਹੈ ਕਿ ਕੇਜਰੀਵਾਲ ਨੇ ਵਾਅਦੇ ਕੋਈ ਪੂਰੇ ਕੀਤੇ ਨਹੀਂ। ਅੱਜ ਦਿੱਲੀ ਲੈ ਲਓ ਅਤੇ ਉੱਥੇ ਸਾਰੀ ਵਾਅਦਾ ਖਿਲਾਫੀ ਹੋਈ ਹੈ, ਪੰਜਾਬ ਲੈ ਲਓ ਅਤੇ 1000 ਰੁਪਏ 50% ਵੋਟ ਭੈਣਾਂ ਦੇ ਮਾਤਾਵਾਂ ਦੇ ਨੇ, ਕਿਸੇ ਨੂੰ 1000 ਰੁਪਇਆ ਨਹੀਂ ਮਿਲਿਆ। ਅੱਜ ਨਸ਼ਾ ਮਾਫੀਆ ਸਰਕਾਰ 'ਤੇ ਹਾਵੀ ਹੈ, ਅੱਜ ਰੇਤ ਮਾਫੀਆ ਸਰਕਾਰ 'ਤੇ ਹਾਵੀ ਹੈ, ਅੱਜ ਭੂਮੀ ਮਾਫੀਆ ਸਰਕਾਰ 'ਤੇ ਹਾਵੀ ਹੈ, ਅੱਜ ਅਪਰਾਧੀ ਸਰਕਾਰ 'ਤੇ ਹਾਵੀ ਨੇ, ਅੱਜ ਆਤੰਕਵਾਦ ਸਿਰ ਚੁੱਕ ਰਿਹਾ ਪੰਜਾਬ ਦੇ ਵਿੱਚ, ਫਿਰੌਤੀਆਂ ਮੰਗੀਆਂ ਜਾ ਰਹੀਆਂ, ਲੋਕਾਂ ਦੇ ਘਰ ਚੋਰੀਆਂ ਦੇ ਡਾਕੇ ਵੱਜ ਰਹੇ ਨੇ, ਅਤੇ ਅੱਜ ਕਿਹੜਾ ਵਾਅਦਾ ਇਹਨਾਂ ਨੇ ਪੂਰਾ? ਹਾਂ, ਮੋਦੀ ਜੀ ਨੇ ਅੱਜ ਲੰਬੀ ਲਿਸਟ ਮੈਂ ਬੋਲੀ ਹੈ ਕਿ ਉਹ ਮੋਦੀ ਜੀ ਨੇ ਵਾਅਦੇ ਪੂਰੇ ਕੀਤੇ ਨੇ 10 ਸਾਲ ਦੇ ਵਿੱਚ। ਅੱਜ ਮੋਦੀ ਜੀ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਹੋ ਗਏ ਨੇ, ਦੁਨੀਆ ਦੇ ਵਿੱਚ ਮੋਦੀ ਮੋਦੀ ਦੇ ਨਾਅਰੇ ਲੱਗਦੇ ਨੇ, ਅੱਜ ਸਰਵੇ ਨੇ ਕਿਹਾ ਮੋਦੀ ਜੀ ਸਭ ਤੋਂ ਲੋਕਪ੍ਰਿਯ ਨੇਤਾ ਨੇ, ਅੱਜ ਸਾਰੇ ਦੁਨੀਆ ਦੇ ਵਿੱਚ ਮੋਦੀ ਜੀ ਦੇ ਬੜੇ ਦੋਸਤਾਨਾ ਸੰਬੰਧ ਨੇ, ਉਸੇ ਕਰਕੇ ਪਾਕਿਸਤਾਨ ਭਿਖਾਰੀ ਦੀ ਤਰ੍ਹਾਂ ਇਕੱਲਾ ਰਹਿ ਗਿਆ। ਸੋ ਅੱਜ ਮੋਦੀ ਜੀ ਨੇ ਕਥਨੀ ਤਾਂ ਕਰਨੀ ਇੱਕ ਹੈ, ਤੁਸੀਂ ਦੇਖੋ ਰਾਮ ਮੰਦਰ ਬਣਿਆ, 370
ਹਟੀ ਹੈ, ਟ੍ਰਿਪਲ ਤਲਾਕ ਖਤਮ ਹੋਇਆ, CAA ਜਿਹਦੇ ਨਾਲ ਅਲਪਸੰਖਿਅਕ ਜਿਹੜੇ ਮੁਸਲਿਮ ਰਾਸ਼ਟਰ ਪਾਕਿਸਤਾਨ, ਅਫਗਾਨਿਸਤਾਨ ਔਰ ਜਿਹੜਾ ਬੰਗਲਾਦੇਸ਼ ਹੈ ਉਹਦੇ ਵਿੱਚ ਅਸੁਰੱਖਿਅਤ ਸੀਗੇ, ਉਹਨਾਂ ਨੂੰ ਸੁਰੱਖਿਆ ਮਿਲੀ ਹੈ। ਤਾਂ ਉਸ ਲਿਹਾਜ਼ ਦੇ ਨਾਲ ਮੋਦੀ ਜੀ ਨੇ ਕਰਕੇ ਦਿਖਾਇਆ, ਸੋ ਇਸ ਗਰੰਟੀ ਦੇ ਨਾਲ ਉਹ ਗਰੰਟੀ ਦੇ ਰਹੇ ਨੇ। ਬਾਕੀ ਕੋਈ ਪਾਰਟੀ ਨੇ ਆਪਣਾ ਮੈਨੀਫੈਸਟੋ ਪੂਰਾ ਨਹੀਂ ਕੀਤਾ, ਇਸੇ ਕਰਕੇ ਜਨਤਾ ਉਹਨਾਂ ਦੀ ਕਿਸੇ ਗੱਲ 'ਤੇ ਵਿਸ਼ਵਾਸ ਨਹੀਂ ਕਰੇਗੀ। ਮੋਦੀ ਹੈ ਤਾਂ ਮੁਮਕਿਨ ਹੈ, ਅਬ ਕੀ ਵਾਰ 400 ਕੇ ਬਾਅਦ ਲਗਾਤਾਰ ਤੀਸਰੀ ਵਾਰ ਮੋਦੀ ਸਰਕਾਰ। ਆਮ ਆਦਮੀ ਪਾਰਟੀ ਦੇ ਲਗਾਤਾਰ ਆਰੋਪ ਲਗਾ ਰਹੇ ਨੇ ਲੀਡਰ ਕਿ ਕੇਂਦਰੀ ਏਜੰਸੀਆਂ ਦਾ ਦੁਰਉਪਯੋਗ ਕੀਤਾ ਜਾ ਰਿਹਾ, ED ਦਾ ਦੁਰਉਪਯੋਗ ਹੋ ਰਿਹਾ, CBI ਦਾ ਦੁਰਉਪਯੋਗ ਹੋ ਰਿਹਾ, ਪੈਸਾ ਤਾਂ ਕਹਿੰਦੇ ਕੋਈ ਮਿਲਿਆ ਨਹੀਂ ਕੇਜਰੀਵਾਲ ਨੂੰ ਅੰਦਰ ਕਰਦਾ। ਇਹਦਾ ਮਤਲਬ ਹੈ ਕਿ ਉਹਨਾਂ ਦਾ ਭਾਰਤ ਦੇ ਸੰਵਿਧਾਨ 'ਤੇ ਕੋਈ ਵਿਸ਼ਵਾਸ ਨਹੀਂ। ਪਿੱਛੇ ਦੇ ਡਾਕਟਰ ਅੰਬੇਦਕਰ ਸਾਹਿਬ ਦੀ ਫੋਟੋ ਲਾਉਂਦੇ ਨੇ, ਅਤੇ ਜਿਹੜੇ ਜੱਜਿਸ ਨੇ ਉਹਨਾਂ 'ਤੇ ਵੀ ਪ੍ਰਸ਼ਨ ਚਿੰਨ੍ਹ ਉਠਾ ਰਹੇ ਨੇ। ਅੱਜ ਮੁਨੀਸ ਸਿਸੋਦੀਆ ਜੀ ਨੂੰ 1.5 ਸਾਲ ਤੋਂ ਜ਼ਮਾਨਤ ਨਹੀਂ ਮਿਲੀ, ਇਹਦਾ ਮਤਲਬ ਜੱਜਿਸ 'ਤੇ ਪ੍ਰਸ਼ਨ ਉਠਾ ਰਹੇ ਨੇ। ਅੱਜ ਸਤਿੰਦਰ ਜੈਨ ਨੂੰ 1.5 ਸਾਲ ਤੋਂ ਜ਼ਮਾਨਤ ਨਹੀਂ ਮਿਲੀ, ਇਹਦਾ ਮਤਲਬ ਜੱਜਿਸ 'ਤੇ ਪ੍ਰਸ਼ਨ ਉਠਾ ਰਹੇ ਨੇ। ਸੋ ਇਸ ਕਰਕੇ ਇਹ ਉਹ ਲੋਕ ਨੇ ਜਿਹੜੇ ਸੰਵਿਧਾਨ ਦੇ ਉੱਤੇ ਵੀ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਅੱਜ ਇਹਨਾਂ ਦੀ ਭ੍ਰਿਸ਼ਟਾਚਾਰ ਦੀ ਰੋਟੀਆਂ ਨਹੀਂ ਸਿੱਖ ਰਹੀਆਂ, ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਜਾ ਕੇ ਹਿਸਾਬ ਦੇਣਾ ਪੈ ਰਿਹਾ, ਬੁਖਲਾਏ ਹੋਏ। ਅੱਜ ਇਹਨਾਂ ਨੇ ਇੰਡੀ ਗਠਬੰਧਨ ਬਣਾਇਆ, ਇਹ ਸਭ ਡੁੱਬਣ ਵਾਲੇ ਲੋਕ ਨੇ, ਇੱਕ ਦੂਜੇ ਦਾ ਹੱਥ ਪੜ ਕੇ ਡੁੱਬਣ ਤੋਂ, ਮੋਦੀ ਜੀ ਦੀ ਜਿਹੜੀ ਪ੍ਰਚੰਡ ਲਹਿਰਾਂ ਨੇ ਉਹਨਾਂ ਦੇ ਅੱਗੇ ਡੁੱਬਣ ਤੋਂ ਬਚਾ ਕਰ ਰਹੇ। ਅੱਛਾ ਮਲਿਕ ਸਾਹਿਬ, ਅੱਜ ਅਰਵਿੰਦ ਕੇਜਰੀਵਾਲ ਨੂੰ ਮਿਲੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਤਿਹਾੜ ਜੇਲ੍ਹ ਦੇ ਵਿੱਚ, ਉਹ ਕਹਿੰਦੇ ਵੀ ਅਰਵਿੰਦ ਕੇਜਰੀਵਾਲ ਨਾਲ ਇੱਕ ਮੁੱਖ ਮੰਤਰੀ ਰਹਿੰਦੇ ਹੋਏ ਉਹਦੇ ਨਾਲ ਜਿਹੜਾ ਅੱਤਵਾਦੀ ਵਰਗਾ ਜਿਹੜਾ ਸਲੂਕ ਕੀਤਾ ਜਾ ਰਿਹਾ। ਐਸਾ ਹੈ ਕਿ ਉਹ ਕੋਰਟ 'ਚ ਵੀ ਗਏ ਕੇਜਰੀਵਾਲ ਜੀ, ਔਰ ਕਿਸੇ ਜਗ੍ਹਾ ਉਹਨਾਂ ਦੇ ਵਕੀਲ ਨੇ ਇਹ ਪ੍ਰਸ਼ਨ ਨਹੀਂ ਉਠਾਇਆ, ਉਹਨਾਂ ਦੀ ਧਰਮ ਪਤਨੀ ਸੁਨੀਤਾ ਜੀ ਨੇ ਸ਼ਾਇਦ, ਉਹ ਵਾਰ ਵਾਰ ਪ੍ਰੈਸ ਕਾਨਫਰੰਸ, ਇਹ ਪ੍ਰਸ਼ਨ ਨਹੀਂ ਉਹਨਾਂ ਨੇ ਉਠਾਇਆ ਕਿ ਇਹਨਾਂ ਨਾਲ ਅੱਤਵਾਦੀਆਂ ਵਾਲਾ ਵਿਚਾਰ, ਅਤੇ ਇਹ ਵੱਡੇ ਉਹਨਾਂ ਦੇ ਸਮਰਥਕ ਆ ਗਏ ਭਗਵੰਤ ਮਾਨ ਜੀ, ਜਿਹੜੇ ਕਿ ਜਾ ਕੇ ਉੱਥੋਂ ਆਕਲਨ ਕਰਕੇ ਆ ਗਏ ਨੇ ਕਿ ਉਹਨਾਂ ਨਾਲ ਅੱਤਵਾਦੀਆਂ ਵਾਲਾ ਹੋ ਰਿਹਾ। ਕੇਵਲ ਕੀ ਹੈ, ਪੰਜਾਬ 'ਚ ਔਰ ਦਿੱਲੀ 'ਚ ਇਹ ਹੈਗੇ ਨੇ, ਉੱਥੇ ਚੁਣਾਵ ਹਾਰ ਰਹੇ ਨੇ, ਤਾਂ ਬਖਲਾਟ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਇਹ ਕਹਿੰਦੇ ਸੀ ਅਸੀਂ ਕਰਜ਼ਾ ਲਾਵਾਂਗੇ, ਅਤੇ ਕਰਜ਼ਾ ਤਾਂ ਬਹੁਤ ਚੜ੍ਹ ਗਿਆ ਜੀ ਆਰੋਪ ਇਹਨਾਂ ਨੇ, ਜਦੋਂ 2022 ਦੇ ਵਿੱਚ ਪੰਜਾਬ 'ਚ ਜਿੱਤੀਆਂ ਸੀਟਾਂ, 92 ਸੀਟਾਂ ਮਿਲੀਆਂ, ਅਤੇ ਪੰਜਾਬ 'ਤੇ ਤਾਂ ਕਰਜ਼ਾ ਕਹਿੰਦੇ ਵਧਿਆ ਜਾ ਰਿਹਾ ਲਗਾਤਾਰ। ਅੱਜ 1 ਲੱਖ ਕਰੋੜ ਦਾ ਕਰਜ਼ਾ ਇਹ 2 ਸਾਲ ਹੀ ਲੈ ਚੁੱਕੇ ਨੇ, ਔਰ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਇਹ ਲੋਕ ਆਉਣ ਦੇ ਟਾਈਮ ਵਿੱਚ 2.5-3 ਲੱਖ ਕਰੋੜ ਦਾ ਕਰਜ਼ਾ ਲੈ ਲੈਣਗੇ। ਇਹ ਕਰਜ਼ਾ ਲੈ ਕੇ ਭ੍ਰਿਸ਼ਟਾਚਾਰ ਕਰ ਰਹੇ ਨੇ। ਇਹ ਸਰਕਾਰ ਜਿਹੜੀ ਹੈ ਇਹ ਜਨਤਾ ਦੀ ਸਰਕਾਰ ਨਹੀਂ ਹੈ, ਇਹ ਸਰਕਾਰ ਇਹਨਾਂ ਦੇ ਪਰਿਵਾਰਾਂ ਦੀ ਸਰਕਾਰ ਹੈ। 2 ਸਾਲ ਦੇ ਕਾਰਜਕਾਲ ਨੂੰ ਆਮ ਆਦਮੀ ਪਾਰਟੀ ਦੇ ਨੂੰ ਕਿੱਦਾਂ ਦੇਖਦੇ ਹੋ ਪੰਜਾਬ ਦੇ ਵਿੱਚ? ਕੰਪਲੀਟ ਫੇਲੀਅਰ, ਮਿਸਗਵਰਨੈਂਸ ਔਰ ਨੋ ਗਵਰਨਮੈਂਟ। ਤੁਹਾਨੂੰ ਲੱਗਦਾ ਜਿਵੇਂ ਦਿੱਲੀ ਦੇ ਵਿੱਚ ਸ਼ਰਾਬ ਨੀਤੀ ਨੂੰ ਲੈ ਕੇ ਰੌਲਾ ਪਿਆ ਕਿ ਪੰਜਾਬ ਦੇ ਵਿੱਚ ਵੀ ਐਵੇਂ ਦੀ ਕੋਈ ਸ਼ਰਾਬ ਨੀਤੀ ਨੂੰ ਲੈ ਕੇ ਕੋਈ ਗੜਬੜੀ ਹੋਈ ਹੈ? ਹੋਈ ਹੈ, ਪਰ ਇਹ ਡਰ ਗਏ, ਅੱਜ ਵੀ ਹੋਈ ਹੈ, ਪਰ ਜਿਹੜਾ ਦਿੱਲੀ ਡੰਡਾ ਚੜ੍ਹਿਆ ਇਹਨਾਂ 'ਤੇ, ਜਿਹੜੀ ਦਿੱਲੀ 'ਚ ਫੜੇ ਗਏ, ਅਤੇ ਉਸ ਕਰਕੇ ਸੇਮ ਨੀਤੀ ਪੰਜਾਬ ਵਿੱਚ ਵੀ ਲਿਆ ਰਹੇ ਸੀਗੇ, ਸੋ ਪੰਜਾਬ ਵਿੱਚ ਵੀ ਗੜਬੜ ਹੋਈ ਹੈ। ਉਹਨੂੰ ਲੈ ਕੇ ਵੀ ਕੋਈ ED ਜਾਂਚ ਕਰੇਗੀ ਜੀ ਪੰਜਾਬ ਦੇ ਵਿੱਚ? ਹੁਣ ਤਾਂ ਸਾਰੀ ਜਾਂਚ ਹੋ ਰਹੀ ਹੈ ਜੀ, ਹੁਣ ਤਾਂ ਜਾਂਚ ED ਵੀ ਕਰੇਗੀ, CBI ਵੀ ਪਿਕਚਰ 'ਚ ਆ ਗਈ ਹੈ, CBI ਨੇ ਵੀ ਨਾਲ ਹੀ ਜਾਂਚ ਸ਼ੁਰੂ ਕਰਤੀ ਹੈ ਇਨਕਮ ਦੇ ਸੋਰਸਿਸ ਦੀ। 100 ਕਰੋੜ ਰੁਪਇਆ ਗੋਆ ਦੇ ਵਿੱਚ ਟ੍ਰਾਂਸਫਰ ਹੋਇਆ ਆਮ ਆਦਮੀ ਪਾਰਟੀ ਦਾ, ਉਹ ਵੀ ਔਨ ਰਿਕਾਰਡ ਹੈ, ਤਾਂ ਉਸ ਲਿਹਾਜ਼ ਨਾਲ ਜਾਂਚ ਤਾਂ ਸਾਰਿਆਂ ਦੀ ਹੋਏਗੀ। ਮਲਿਕ ਸਾਹਿਬ, ਪਿੰਡਾਂ 'ਚ ਜਿਹੜਾ ਵਿਰੋਧ ਹੋ ਰਿਹਾ, ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ BJP ਨੂੰ ਵੋਟ ਕਿਉਂ ਪਾਉਣ? ਐਸਾ ਹੈ ਕਿ ਕੁਛ ਲੋਕ ਵਿਰੋਧ ਕਰ ਰਹੇ ਨੇ, ਸ਼ਾਇਦ ਉਹਨਾਂ ਦੀ ਕੋਈ ਰਾਜਨੀਤਿਕ ਮਹੱਤਵਕਾਂਕਸ਼ਾ ਹੋਏਗੀ ਜਾਂ ਮਜਬੂਰੀਆਂ ਹੋਣਗੀਆਂ। ਪਿੰਡਾਂ ਦੇ ਲੋਕ ਮੋਦੀ ਸਾਹਿਬ ਦੇ ਨਾਲ ਨੇ, ਉਹਨਾਂ ਨੂੰ ਇਹ ਪਤਾ ਹੈ ਕਿ ਕਿਸਾਨਾਂ ਨੂੰ ਕਰੋਪ ਇੰਸ਼ੋਰੈਂਸ ਦਿੱਤੀ ਹੈ ਅਤੇ ਮੋਦੀ ਸਾਹਿਬ ਨੇ ਦਿੱਤੀ ਹੈ ਫਸਲਾਂ ਦਾ ਬੀਮਾ,
ਜੇ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਦਿੱਤੀ ਹੈ 6,000 ਵਾਲੀ ਤਾਂ ਮੋਦੀ ਸਾਹਿਬ ਨੇ ਦਿੱਤੀ ਹੈ। ਜੇ ਕਿਸਾਨਾਂ ਨੂੰ ਨੀਮ ਕੋਟਿਡ ਯੂਰੀਆ ਅੱਜ ਖੁੱਲ੍ਹਾ ਮਿਲ ਰਿਹਾ ਬਿਨਾਂ ਕਿਸੇ ਬਲੈਕ ਦੇ, ਅਤੇ ਉਹ ਮੋਦੀ ਸਾਹਿਬ ਨੇ ਦਿੱਤਾ ਹੈ। ਅੱਜ ਕਿਸਾਨਾਂ ਦਾ ਸੋਇਲ ਕਾਰਡ ਕਿ ਕਿਹੜੇ ਤੱਤ ਦੀ ਕਮੀ ਆ, ਉਨੀ ਨੂੰ ਪੈਸਟੀਸਾਈਡ ਪਾਓ, ਜ਼ਿਆਦਾ ਪੈਸਟੀਸਾਈਡ ਨਾ ਪਾਓ, ਕੈਂਸਰ ਹੋ ਰਹੇ ਨੇ ਤੁਸੀਂ ਦੇਖਿਆ, ਉਹ ਮੋਦੀ ਸਾਹਿਬ ਨੇ ਦਿੱਤਾ ਹੈ। ਅੱਜ ਜਿਹੜੀ ਨਿਊਨਤਮ ਸਮਰਥਨ ਮੁੱਲ ਸਵਾਮੀਨਾਥਨ ਜੀ ਨੇ 2005 'ਚ ਰਿਪੋਰਟ ਦਿੱਤੀ ਸੀ, ਕਾਂਗਰਸ ਨੇ 2014 ਤੱਕ ਕੁਛ ਨਹੀਂ ਕੀਤਾ, ਮੋਦੀ ਸਾਹਿਬ ਨੇ ਉਹ ਮੁੱਲ ਡਬਲ ਕਰ ਦਿੱਤਾ ਹੈ। ਸੋ ਕਿਸਾਨਾਂ ਦੇ ਸਭ ਤੋਂ ਵੱਡੇ ਤੈਅ ਸੀ ਮੋਦੀ ਸਾਹਿਬ। ਧੰਨਵਾਦ ਸਾਡੇ ਨਾਲ ਗੱਲ ਕਰਨ ਲਈ ਸਰ। ਜਿਹੜਾ ਕਿਸਾਨਾਂ ਦਾ ਬਜਟ ਵੀ ਹੈ ਸੁਣ ਲਓ, 10 ਸਾਲ 'ਚ ਕਿਸਾਨਾਂ ਦਾ ਬਜਟ 5 ਗੁਣਾ ਕੀਤਾ ਹੈ ਮੋਦੀ ਸਾਹਿਬ ਨੇ। ਮਲਿਕ ਸਾਹਿਬ ਉਹ ਵੇਖੋ ਨਾ, ਦੀਪ ਕਹਿੰਦੇ ਵੀ ਹਰਿਆਣੇ ਜਦੋਂ ਹੁਣ ਗਏ ਸੀਗੇ ਕਿੱਲਾ ਅਤੇ ਕਿਸਾਨਾਂ ਨੂੰ ਰੋਕਤਾ ਗਿਆ, ਵੀ ਆਜ਼ਾਦ ਮੁਲਕ ਦੇ ਵਿੱਚ ਇੱਦਾਂ ਦੇ? ਐਸੀ ਗੱਲ ਨਹੀਂ ਜੀ, ਲੋਅ ਐਂਡ ਆਰਡਰ ਤਾਂ ਸਭ ਨੇ ਮੇਨਟੇਨ ਕਰਨਾ ਹੈਗਾ, ਲੋਅ ਐਂਡ ਆਰਡਰ ਮੇਨਟੇਨ ਕਰਨਾ ਸਰਕਾਰਾਂ ਦਾ ਕੰਮ ਹੁੰਦਾ, ਸਭ ਨੂੰ ਸੁਰੱਖਿਆ ਦੇਣਾ। ਇਹ ਬਾਈ ਟ੍ਰੇਨ ਚਲੇ ਜਾਂਦੇ, ਬਾਈ ਟਰਾਂਸਪੋਰਟ ਚਲੇ ਜਾਂਦੇ ਜਾਂ ਹੋਰ ਤਰ੍ਹਾਂ ਚਲੇ ਜਾਂਦੇ, ਸਰਕਾਰਾਂ ਨੂੰ ਕੋਈ ਵਿਰੋਧ ਨਹੀਂ ਸੀ, ਪਰ ਸਾਨੂੰ ਐਡੇ ਐਡੇ ਔਜ਼ਾਰ ਲਾ ਕੇ ਟਰੈਕਟਰਾਂ ਦੇ ਅੱਗੇ ਜਾਣ ਦੀ ਕੀ ਲੋੜ ਸੀ? ਉਹ ਕੋਈ ਸਮਝ ਨਹੀਂ ਆਈ ਗੱਲ। ਕਹਿੰਦੇ ਇਹ ਵੀ ਆਰੋਪ ਬੜੇ ਲੱਗ ਰਹੇ ਬੀਜੇਪੀ ਦੇ ਵੀ, ਇੰਪੋਰਟ ਦਲ ਬਦਲੂ ਦਾ ਬੜਾ ਸਾਰੀਆਂ ਪਾਰਟੀਆਂ ਦਾ ਚੱਲ ਰਿਹਾ, ਦੇਖਿਆ ਜੇ ਵੀ ਦਲ ਬਦਲ ਰਹੇ ਨੇ ਲਗਾਤਾਰ। ਦੇਖੋ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ, ਪ੍ਰਨੀਤ ਕੌਰ, ਹੋਰ ਵੀ ਬਹੁਤ ਸਾਰੇ ਜਿਹੜੇ ਬੰਦੇ ਆ ਉਹਨਾਂ ਨੂੰ ਲਿਆ ਕੇ ਅਤੇ ਦੂਜੀਆਂ ਪਾਰਟੀਆਂ 'ਚੋਂ ਲਿਆ ਕੇ ਅਤੇ ਆਪਣੇ ਜਿਹੜੇ ਪੁਰਾਣੇ ਕੈਡਰ ਨੇ ਉਹਨਾਂ ਨੂੰ ਪਿੱਛੇ ਕੀਤਾ ਜਾ ਰਿਹਾ। ਬੀਜੇਪੀ ਦੀ ਵਿਚਾਰਧਾਰਾ ਰਾਸ਼ਟਰੀਤਾ ਦੀ ਹੈ, ਬੀਜੇਪੀ ਇੱਕ ਨੈਸ਼ਨਲਿਸਟ ਪਾਰਟੀ ਹੈ। ਸੋ ਜਿੰਨੇ ਲੋਕ ਆ ਰਹੇ ਨੇ ਇਹਨਾਂ ਨੇ ਮਹਿਸੂਸ ਕੀਤਾ ਕਿ ਦੇਸ਼ ਸੇਵਾ ਕਰਨ ਲਈ ਬੀਜੇਪੀ ਸਭ ਤੋਂ ਅੱਛਾ ਮਾਧਿਅਮ ਹੈ, ਇਸ ਕਰਕੇ ਬੀਜੇਪੀ ਨੂੰ ਜੁਆਇਨ ਕਰ। ਧੰਨਵਾਦ ਸਾਡੇ ਨਾਲ ਗੱਲ ਕਰਨੀ। ਇਸ ਸ਼ਵੇਤ ਮਲਿਕ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਰਹਿ ਚੁੱਕੇ ਨੇ, ਇਹਨਾਂ ਦਾ ਕਹਿਣਾ ਕਿ ਮੋਦੀ ਸਾਹਿਬ ਦੀਆਂ ਦਿੱਤੀਆਂ ਗਰੰਟੀਆਂ ਜਿਹੜੀਆਂ ਨਾ ਉਹ ਪੂਰੀਆਂ ਕੀਤੀਆਂ ਜਾਣਗੀਆਂ। ਆਮ ਆਦਮੀ ਪਾਰਟੀ ਅਤੇ ਇਹਨਾਂ ਵੱਲੋਂ ਤਿੱਖੇ ਪ੍ਰਹਾਰ ਕੀਤੇ ਗਏ ਨੇ, ਕਹਿੰਦੇ ਵੀ ਸ਼ਰਾਬ ਨੀਤੀ ਨੂੰ ਲੈ ਕੇ ਘੁਟਾਲਾ ਹੋਇਆ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਕੁਰਸੀ ਛੱਡਣ ਦੀ ਬਜਾਏ ਕੁਰਸੀ 'ਤੇ ਜੰਮੇ ਬੈਠੇ ਨੇ। ਸਰਕਾਰੀ ਏਜੰਸੀਆਂ ਨੇ ਆਪਣਾ ਕੰਮ ਕਰਨਾ, ਜੇ ਭ੍ਰਿਸ਼ਟਾਚਾਰ ਹੋਇਆ ਅਤੇ ਇਹ ਫੈਸਲਾ ਅਦਾਲਤ ਨੇ ਕਰਨਾ, ਕਿਹਨੂੰ ਸਜ਼ਾ ਦੇਣੀ ਹੈ ਅਤੇ ਕਿਹਨੂੰ ਛੱਡਣਾ। ਹੁਣ ਆਉਣ ਵਾਲੇ ਇਹਨਾਂ ਦਾ ਤਾਂ ਦਾਅਵਾ ਹੈ ਕਿ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਬੀਜੇਪੀ ਜਿੱਤੇਗੀ, ਪਰ ਆਉਣ ਵਾਲਾ ਸਮਾਂ ਦੱਸੇਗਾ। 1 ਜੂਨ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੇ ਨੇ, ਵੋਟਾਂ ਪੈਣੀਆਂ, ਅਤੇ 4 ਜੂਨ ਨੂੰ ਆਉਣੇ ਨੇ ਨਤੀਜੇ। ਉਦੋਂ ਪਤਾ ਲੱਗੇਗਾ ਕਿ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਬੀਜੇਪੀ ਨੂੰ ਕਿੰਨੀਆਂ ਮਿਲਦੀਆਂ ਅਤੇ ਦੂਜੀ ਪਾਰਟੀਆਂ ਨੂੰ ਕਿੰਨੀਆਂ ਸੀਟਾਂ ਮਿਲਦੀਆਂ। ਅੰਮ੍ਰਿਤਸਰ ਤੋਂ D4 ਯੂਨਿਵਰਸਿਟੀ ਦੀਪਕ ਭੰਡਾਰੀ ਦੀ ਖਾਸ ਰਿਪੋਰਟ।